ਰੂਪਾ ਬਾਜਵਾ ਦਾ ਨਾਵਲ ਸਾੜੀ ਸ਼ੌਪ ਦੇ ਦੂਸਰੇ ਭਾਗ ਦਾ ਅਖੀਰਲਾ ਅੰਗ ਨੋਵਾ ਜਦੋਂ ਰਾਮਚੰਦ ਕਮਰੇ 'ਚ ਵਾਪਸ ਪਰਤਿਆ ਤਾਂ ਸਾਰੀ ਘਟਨਾਵਾਂ ਤੋਂ ਬਾਅਦ ਉਹ ਰੱਤਾ ਕੁ ਸ਼ਾਂਤ ਮਹਿਸੂਸ ਕਰ ਰਿਹਾ ਸੀ ਬਾਰਿਸ਼ ਹੋਣ ਲੱਗ ਪਈ ਸੀ ਇਉਂ ਲੱਗਦਾ ਸੀ ਕਿ ਮੌਨਸੂਨ ਆਖਰ ਆਈ ਗਈ ਹੈ ਲੋਕ ਆਸਵੰਦ ਨਜ਼ਰਾਂ ਨਾਲ ਅਸਮਾਨ ਵੱਲ ਦੇਖ ਰਹੇ ਸਨ ਰਾਮਚੰਦ ਉਦਾਸੀ ਜੇ ਜਿਨਲ ਪੌੜੀਆਂ ਚੜ੍ਹਿਆ ਤੇ ਆਪਣੇ ਕਮਰੇ 'ਚ ਚਲਾ ਗਿਆ ਉਹ ਸਿੱਧਾ ਪਿਛਲੀ ਬਾਰੀ ਵੱਲ ਗਿਆ ਤੇ ਖੋਲ ਦਿੱਤੀ ਖੇਠਾਂ ਵੇੜੇ 'ਚ ਸੁਦਾ ਕਾਲੀ ਕਾਲੀ ਨਾਲ ਤਾਰ ਤੋਂ ਕੱਪੜੇ ਲਾ ਰਹੀ ਸੀ ਉਹਨੇ ਨੀਲੇ ਰੰਗ ਦੇ ਸਲਵਾਰ ਕਮੀਜ਼ ਪਾਏ ਸਨ ਕਮੀਜ਼ ਦੇ ਗਲਮੇ ਤੇ ਲੇਸ ਲੱਗੀ ਸੀ ਤੇ ਇਹ ਉਹਦੇ ਸਰੀਰ ਤੇ ਪੂਰੀ ਤਰ੍ਹਾਂ ਫਿੱਟ ਸੀ بارش ਦੀਆਂ ਬੂੰਦਾਂ ਨੀਲੇ ਰੰਗ ਦੇ ਕੱਪੜੇ ਤੇ ਗਹਿਰੀਆਂ ਹਲਕੀਆਂ ਮੋਰੀਆਂ ਕਰ ਰਹੀ ਸਨ ਜਿਵੇਂ ਛੋਟੀਆਂ ਛੋਟੀਆਂ ਗੋਲੀ ਦੀਆਂ ਮੋਰੀਆਂ ਹੋਣ ਉਹਦੇ ਵਾਲ ਗਿੱਲੇ ਹੋ ਗਏ ਸਨ ਤੇ ਹਵਾ 'ਚ ਉਹਦੀ ਚੁੰਨੀ ਲਹਿਰਾ ਰਹੀ ਸੀ ਉਹਨੂੰ ਦੇਖਦੇ ਸਾਰੀ ਰਾਮਚੰਦ ਥੋੜਾ ਜਿਹਾ ਸ਼ਾਂਤ ਹੋ ਗਿਆ ਪਰ ਥੋੜਾ ਜਿਹਾ ਹੀ ਇਹ ਥੋੜੇ ਜਿਹੇ ਤੁਪਕੇ ਭਰਵੀਂ ਬਰਸਾਤ 'ਚ ਨਾ ਬਦਲ ਸਕੇ। ਰਾਮਚੰਦ ਦੇਖਦੇ ਹੀ ਦੇਖਦੇ ਅਸਮਾਨ ਚਾਏ ਹੋਏ ਥੋੜੇ ਜਿਹੇ ਬੱਦਲ ਉੱਡ ਗਏ ਤੇ ਸੂਰਜ ਪਹਿਲਾਂ ਵਾਂਗੀ ਬੇਰਹਿਮੀ ਨਾਲ ਚਮਕਣ ਲੱਗਾ। ਮੌਨਸੂਨ ਹਾਲੇ ਨਹੀਂ ਸੀ ਆਈ। ਸੁਦਾ ਕਪੜੇ ਚੁੱਕ ਕੇ ਫੇਰ ਬਾਹਰ ਆਈ। ਉਹਨੇ ਫੇਰ ਇਹ ਧਾਰ ਤੇ ਪਾ ਦਿੱਤੇ। ਅਜਿਆ ਕਰਦੀ ਹੋਈ ਥੋੜੀ ਜੀ ਨਿਰਾਸ਼ ਦਿਖਾਈ ਦੇ ਰਹੀ ਸੀ। ਰਾਮਚੰਦ ਦਾ ਦਿਮਾਗ ਉਹਦੇ ਸਿਰ ਦੀ ਖੋਪੜੀ ਦੇ ਅੰਦਰ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਨੇ ਆਪਣੇ ਮੱਥੇ ਤੇ ਕੁਝ ਮਲਮ ਲਾਈ ਤੇ ਮੰਜੇ ਤੇ ਲੰਮਾ ਪੈ ਗਿਆ ਮਲਮ ਦੀ ਰੜਕ ਉਹਦੀਆਂ ਚਿੰਮਣੀਆਂ ਤੇ ਪੈਣੀ ਸ਼ੁਰੂ ਹੋ ਗਈ ਰਾਮਚੰਦ ਨੇ ਅਗਲੇ 12 ਦਿਨ ਇਸੇ ਤਰ੍ਹਾਂ ਆਪਣੇ ਕਮਰੇ 'ਚ ਬੰਦ ਪਏ ਨੇ ਬਤਾਏ ਬੜੇ ਅਜੀਬ ਸਨ ਇਹ 12 ਦਿਨ ਉਹ ਬਿਲਕੁਲ ਹੀ ਖਾਲੀ-ਖਾਲੀ ਮਹਿਸੂਸ ਕਰਨ ਲੱਗ ਪਿਆ ਸੀ ਤੇ ਸਾਰਾ ਗੁੱਸਾ ਜਾਂਦਾ ਰਿਹਾ ਸੀ ਕੋਈ ਗੁੱਸਾ ਨਹੀਂ ਕੋਈ ਚਿੰਤਾ ਨਹੀਂ ਕੋਈ ਖੁਸ਼ੀ ਨਹੀਂ ਕੋਈ ਇੱਛਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੁੱਖ ਨਹੀਂ ਉਹ ਬਿਲਕੁਲ ਹੀ ਖਾਲੀ ਸੀ ਉਹ ਇੱਕ ਵਾਰ ਵੀ ਬਾਹਰ ਨਹੀਂ ਨਿਕਲਿਆ ਉਹਦਾ ਬਾਹਰਲੇ ਸੰਸਾਰ ਨਾਲ ਕੋਈ ਸੰਪਰਕ ਨਹੀਂ ਸੀ। ਉਹਨੂੰ ਤਾਂ ਦਿਨ ਤੇ ਰਾਤ ਦੇ ਫਰਕ ਦਾ ਵੀ ਨਹੀਂ ਸੀ ਪਤਾ। ਉਹ ਆਪਣਾ ਸਾਰਾ ਕੰਮ, ਸਾਰਾ ਸਮਾਂ ਮੰंजे ਤੇ ਬੈਠਿਆ ਜਾਂ ਖਿੜਕੀ ਨੂੰ ਬਿਨਾਂ ਖੋਲਿਆ ਇਹਦੇ ਕੋਲ ਬੈਠਿਆ ਕੁਝ ਵੀ ਨਾ ਸੋਚਦਿਆਂ ਬਤਾਉਂਦਾ। ਉਹ ਅਕਸਰ ਹੀ ਖਾਣਾ ਨਾ ਖਾਂਦਾ ਤੇ ਉਹਨੂੰ ਖਾਣ ਦਾ ਚੇਤਾ ਸਿਰਫ ਉਦੋਂ ਹੀ ਆਉਂਦਾ ਜਦੋਂ ਉਹਦੇ ਪੇਟ ਦਾ ਖਾਲੀਪਣ ਬਹੁਤ ਜ਼ਿਆਦਾ ਤੰਗ ਕਰਨ ਲੱਗਦਾ। ਉਦੋਂ ਵੀ ਉਹ ਬਹੁਤ ਕੁਝ ਨਾ ਬਣਾਉਂਦਾ। ਚੌਲ ਉਬਾਲਦਾ ਇਦੇ ਨਾਲ ਦਾਲ ਬਣਾਉਣ ਦੀ ਵੀ ਕੋਸ਼ਿਸ਼ ਨਾ ਕਰਦਾ ਫਿਰ ਉਬਲੇ ਚੌਲਾਂ ਨੂੰ ਅੰਬ ਦੇ ਆਚਾਰ ਨਾਲ ਖਾ ਲੈਂਦਾ ਇਸ ਤਰ੍ਹਾਂ ਦਾ ਖਾਣਾ ਖਾਣ ਤੋਂ ਬਾਅਦ ਕਦੇ-ਕਦੇ ਉਹ ਸੁਪਨੇ ਜੇ ਵਿੱਚ ਹੀ ਸਟੋਮਕ ਤੱਕ ਜਾਂਦਾ ਦੁੱਧ ਤੋਂ ਬਿਨਾਂ ਚਾਹ ਬਣਾਉਂਦਾ ਚੌਲਾਂ ਤੋਂ ਬਿਨਾਂ ਚੌਲਾਂ ਤੋਂ ਬਾਅਦ ਇਹਨੂੰ ਪੀ ਲੈਂਦਾ ਅਕਸਰ ਇਸ ਤਰ੍ਹਾਂ ਦੇ ਖਾਣੇ ਤੋਂ ਬਾਅਦ ਉਹਦਾ ਪੇਟ ਖਰਾਬ ਹੋ ਜਾਂਦਾ ਉਹਨੂੰ ਗੈਸ ਹੋ ਜਾਂਦੀ ਪੇਟ ਦਰਦ ਕਰਨ ਲੱਗਦਾ ਉਹਨੂੰ ਤਰੀਕ ਤੇ ਦਿਨਾਂ ਦਾ ਚੇਤਾ ਨਹੀਂ ਸੀ ਰਿਹਾ ਨਾ ਉਹਨੇ ਦੰਦ ਹੀ ਸਾਫ਼ ਕੀਤੇ ਨਾ ਹਜਾਮਤ ਬਣਾਈ ਹਾਲਾਂਕਿ ਉਹ ਕਦੇ-ਕਦੇ ਠੰਡੇ ਪਾਣੀ ਨਾਲ ਨਹਾ ਜ਼ਰੂਰ ਲੈਂਦਾ ਸੀ। ਉਹਦੇ ਦਾੜੀ ਉੱਗਾਈ ਸੀ। ਉਹਦੇ ਵਾਲ ਜੁੜਨੇ ਸ਼ੁਰੂ ਹੋ ਗਏ ਸੀ। ਇਹ ਉਹਦੇ ਸਿਰ ਦੀ ਚਮੜੀ ਨਾਲ ਚਿਪਕ ਗਏ ਸਨ ਜਿਸ ਨਾਲ ਖਾਜ ਹੋਣ ਲੱਗੀ ਸੀ। ਉਹਦੇ ਨਹੁੰ ਵਧ ਗਏ ਸਨ ਤੇ ਤਿੱਖੇ ਹੋ ਗਏ ਸਨ। ਉਹਨੇ ਆਪਣੀਆਂ ਕਿਤਾਬਾਂ ਜਾਂ ਕਾਪੀ ਨੂੰ ਹੱਥ ਤੱਕ ਨਹੀਂ ਸੀ ਲਾਇਆ। ਕੋਈ ਵੀ ਉਹਨੂੰ ਮਿਲਣ ਨਹੀਂ ਸੀ ਆਇਆ। ਕਮਰੇ 'ਚ ਹਰ ਥਾਂ ਤੇ ਧੂੜ ਜਮਾ ਹੋ ਗਈ ਸੀ। ਫਰਸ਼ ਤੇ ਮੇਜ਼ ਤੇ ਸ਼ੈਲਫਾਂ ਤੇ ਬਰਤਨਾਂ ਦੇ ਟੱਕਣਾ ਤੇ ਸ਼ੀਸ਼ੇ ਤੇ ਲੋਹੇ ਦੇ ਟਰੰਕ ਤੇ ਤੇ ਕਿਤਾਬਾਂ ਤੇ ਉਨੇ ਦੇਖਿਆ ਕਿ ਮੇਜ਼ ਤੇ ਕੰਧਾਂ ਦੇ ਵਿੱਚ ਘਾਰ ਇੱਕ ਮੱਕੜੀ ਆਪਣਾ ਜਾਲਾ ਬੁਣ ਰਹੀ ਹੈ ਉਹ ਬਿਨਾਂ ਕਿਸੇ ਦਿਲਚਸਪੀ ਦੇ ਪੂਰੀ ਤਰ੍ਹਾਂ ਨਿਰਲੇਪ ਹੋ ਕੇ ਮੱਕੜੀ ਨੂੰ ਮਿਹਨਤ ਕਰਕੇ ਜਾਲਾ ਬੁਣਦੇ ਦੇਖਦਾ ਰਿਹਾ ਕੰਧ ਤੇ ਚਿਪਕੀ ਬੈਠੀ ਇੱਕ ਛਿਪਕ ਲਈ ਸਾਰਾ ਦਿਨ ਅੱਖ ਝਪਕੇ ਬਿਨਾਂ ਉਸ ਵੱਲ ਦੇਖਦੀ ਰਹਿੰਦੀ ਉਦੋਂ ਹੀ ਉਹ ਤੇਜ਼ੀ ਨਾਲ ਦੌੜਦੀ ਜਦੋਂ ਉਹਨੂੰ ਕੋਈ ਕੀੜਾ ਮੁਕੌੜਾ ਦਿਖਾਈ ਦਿੰਦਾ ਦਿਨ ਵੇਲੇ ਇੰਨੀ ਗਰਮੀ ਹੋ ਜਾਂਦੀ ਕਿ ਕਮਰੇ ਦੇ ਫਰਸ਼ ਵਿੱਚੋਂ ਹੀ ਗਰਮੀ ਨਿਕਲਦੀ ਬਿਜਲੀ ਅਕਸਰ ਚਲੀ ਜਾਂਦੀ ਰਾਮਚੰਦ ਕਦੇ ਵੀ ਉੱਠ ਕੇ ਨਾ ਤਾਂ ਖਿੜਕੀ ਖੋਲਦਾ ਨਾ ਮੋਮਬਤੀ ਜਗਾਉਂਦਾ ਉਹ ਜਿੱਥੇ ਬੈਠਾ ਹੁੰਦਾ ਬੈਠਾ ਰਹਿੰਦਾ ਤੇ ਜਦੋਂ ਬਿਜਲੀ ਆ ਜਾਂਦੀ ਉਹ ਤੋਂ ਵੀ ਉੱਥੇ ਹੀ ਬੈਠਾ ਰਹਿੰਦਾ ਬਹੁਤੇ ਦਿਨ ਹੀ ਬਿਜਲੀ ਦੀ ਵੋਲਟੇਜ ਵੀ ਕੱਟ ਹੁੰਦੀ ਇਸ ਲਈ ਅਕਸਰ ਪੱਖਾ ਹੌਲੀ-ਹੌਲੀ ਘੁੰਮਦਾ ਹਨੇਰਾ ਹੋਣ ਤੋਂ ਬਾਅਦ ਕਦੇ-ਕਦੇ ਰਾਮਚੰਦ ਬੱਲਬ ਜਗਾ ਲੈਂਦਾ ਜਦੋਂ ਇਸ ਤਰ੍ਹਾਂ ਕਰਦਾ ਤਾਂ ਬੱਲਬ ਵਿੱਚੋਂ ਬਹੁਤ ਧੀਮੀ ਰੋਸ਼ਨੀ ਆਉਂਦੀ ਜਦੋਂ ਬੱਲਬ ਨਾ ਜਗਾਉਂਦਾ ਤਾਂ ਕਮਰਾ ਬੜਾ ਹਨੇਰਾ ਤੇ ਡਰਾਉਣਾ ਲੱਗਦਾ ਸ਼ਾਂਤ ਰਤਾਂ ਦੌਰਾਨ ਕਦੇ-ਕਦੇ ਉਹਨੂੰ ਕਮਰੇ 'ਚ ਚੂਹਿਆਂ ਦੇ ਦੌੜਨ ਦੀ ਆਵਾਜ਼ ਆਉਂਦੀ। ਬੰਦ ਕਮਰੇ ਦੀ ਹਵਾ ਬਾਸੀ ਹੋਣ ਲੱਗ ਪਈ ਸੀ। ਗਰਮੀ ਤੇ ਧੂੜ ਨੇ ਕਮਰੇ ਨੂੰ ਕਿਸੇ ਭਾਰੀ ਕੰਬਲ ਚ ਲਪੇਟ ਲਿਆ ਸੀ। ਰਾਮਚੰਦੇ ਦੇ ਭਾਰੇ ਹੇਠਾਂ ਅਹਿਲ ਪਿਆ ਸੀ। 13ਵੇਂ ਦਿਨ ਜਦੋਂ ਰਾਮਚੰਦ ਠੰਡ ਮਹਿਸੂਸ ਕਰਦਾ ਤੇ ਕੰਬਦਾ ਹੋਇਆ ਜਾਗਿਆ ਤਾਂ ਪਹਿਲੀ ਵਾਰ ਉਹਦੇ ਮਨ ਅੰਦਰ ਕੋਈ ਸਾਵੀ ਸੋਚ ਆਈ। ਲੱਗਦਾ ਮੈਨੂੰ ਤਾਪ ਚੜ ਗਿਆ ਹੈ। ਪਿਛਲੇ 12 ਦਿਨ ਦੌਰਾਨ ਪਹਿਲੀ ਵਾਰ ਉਹਦੇ ਮਨ ਅੰਦਰ ਕੋਈ ਪਹਿਲਾ ਮੁਕੰਮਲ ਤੇ ਅਰਥਪੂਰਨ ਵਾਕ ਬਣਿਆ ਸੀ ਜੁਲਾਈ ਦੇ ਮਹੀਨੇ ਚ ਠੰਡ ਕਿਵੇਂ ਮਹਿਸੂਸ ਕਰ ਸਕਦਾ ਸੀ ਇਹ ਜੁਲਾਈ ਸੀ ਨਾ ਰਾਮਚੰਦ ਦੇ ਅੰਦਰ ਡਰ ਦੀ ਚੋਬ ਮਹਿਸੂਸ ਹੋਈ ਤੇ ਮੰਜੇ ਤੋਂ ਉੱਠ ਪਿਆ ਹੁਣ ਸਮਾਂ ਕੀ ਹੋਇਆ ਸੀ ਉਹ ਕਿਹੜਾ ਮਹੀਨਾ ਸੀ ਉਹ ਇੰਨੀ ਦੇਰ ਕਿੱਥੇ ਰਿਹਾ ਸੀ ਉਹ ਕੀ ਕਰਦਾ ਰਿਹਾ ਸੀ ਕਿੰਨੇ ਸਮੇਂ ਲਈ ਉਹ ਇੰਨੀ ਠੰਡ ਕਿਉਂ ਮਹਿਸੂਸ ਕਰ ਰਿਹਾ ਸੀ ਕੱਲ ਤੱਕ ਤਾਂ ਬੜੀ ਗਰਮੀ ਸੀ ਰਾਮਚੰਦ ਦੇ ਖਿਆਲ ਪੂਰੀ ਤਰ੍ਹਾਂ ਖਿੰਡਰੇ ਹੋਏ ਸਨ ਉੱਠ ਖੜਾ ਹੋਇਆ ਕਮਜ਼ੋਰ ਪੈਰੀਂ ਕਿਸੇ ਬਿਮਾਰ ਤੇ ਬਜ਼ੁਰਗ ਆਦਮੀ ਵਾਂਗ ਸਾਹਮਣੇ ਵਾਲੀ ਖਿੜਕੀ ਤੱਕ ਗਿਆ ਉਹਨੇ ਆਪਣੀਆਂ ਸਖਤ ਹੋ ਚੁੱਕੀਆਂ ਉਂਗਲਾਂ ਨਾਲ ਖਿੜਕੀ ਦਾ ਕੁੰਡਾ ਖੋਲਿਆ ਖਿੜਕੀ ਖੋਲੀ ਇੰਉਂ ਲੱਗਦਾ ਸੀ ਜਿਵੇਂ ਖਿੜਕੀ ਤੋਂ ਬਾਹਰ ਦੇਖਿਆ ਉਹਦੀਆਂ ਉਹਨੂੰ ਸਦੀਆਂ ਬੀਤ ਗਈਆਂ ਹੋਣ ਹੁਣ ਉਹਨੇ ਬਾਹਰ ਦੇਖਿਆ ਕਿ ਉਹਨੇ ਬਾਹਰ ਦੇਖਿਆ ਕਿ ਸਵੇਰ ਦੇ ਅਸਮਾਨ 'ਚ ਨੀਵੇਂ ਕਾਲੇ ਠੰਡੇ ਬੱਦਲ ਛਾਏ ਹੋਏ ਸਨ ਰੌਸ਼ਨੀ ਬੜੀ ਵੱਖਰੀ ਕਿਸਮ ਦੀ ਸੀ ਇਸ ਵਿੱਚ ਧੁੰਦਲਾਪਨ ਸੀ ਤੇ ਬੈਂਗਣੀ ਰੰਗ ਛਾਇਆ ਸੀ ਜਿਸ ਨਾਲ ਸਧਾਰਨ ਦ੍ਰਿਸ਼ ਵੀ ਅਜੀਬ ਦਿਖਾਈ ਦਿੰਦਾ ਸੀ ਤੇ ਜਾਣੀਆਂ ਪਛਾਣੀਆਂ ਚੀਜ਼ਾਂ ਵੀ ਕਮਾਲ ਦੀਆਂ ਖੂਬਸੂਰਤ ਲੱਗ ਰਹੀਆਂ ਸਨ ਠੰਡੀ ਹਵਾ ਕਿਸੇ ਖੁਸ਼ੀ ਨਾਲ ਪਾਗਲ ਹੋ ਗਏ ਆਦਮੀ ਵਾਂਗ ਪੁਰਾਣੇ ਸ਼ਹਿਰ ਤੇ ਜ਼ੋਰਦਾਰ ਹਮਲਾ ਕਰ ਰਹੀ ਸੀ ਇੰਨਾ ਜ਼ੋਰਦਾਰ ਤੂਫਾਨ ਰਾਮਚੰਦ ਨੇ ਇਹ ਤੋਂ ਪਹਿਲਾਂ ਕਦੇ ਨਹੀਂ ਸੀ ਦੇਖਿਆ ਇਹ ਤੇਜ਼ ਹਵਾ ਪਾਗਲਪਨ ਵਾਲੇ ਢੰਗ ਨਾਲ ਦਰਖਤਾਂ ਵਿੱਚ ਦੇ ਲੰਗਦੀ ਹੋਈ ਛੱਤਾਂ ਤੇ ਪਈਆਂ ਪੁਰਾਣੀਆਂ ਅਖਬਾਰਾਂ ਨੂੰ ਉਡਾ ਰਹੀ ਸੀ ਤੇ ਲਾਪਰਵਾਹ ਗ੍ਰਹਿਣੀਆਂ ਵੱਲੋਂ ਤਾਰਾਂ ਉੱਤੇ ਛੱਡੇ ਹੋਏ ਕੱਪੜਿਆਂ ਨੂੰ ਉਡਾ ਕੇ ਲੈ ਜਾ ਰਹੀ ਸੀ ਅੱਜ ਦੀ ਸਵੇਰ 'ਚ ਬੜਾ ਹੀ ਜਾਦੂਈ ਤੇ ਨਵੇਕਲਾ ਜਿਹਾ ਅਸਰ ਸੀ ਤਾਪਮਾਨ ਇੱਕਦਮ ਹੀ ਡਿੱਗ ਪਿਆ ਸੀ ਹੇਠਾਂ ਗਲੀ ਵਿੱਚ ਪਲਾਸਟਿਕ ਦੇ ਲਫਾਫੇ ਫਲਾਂ ਦੀਆਂ ਸੁੱਕੀਆਂ ਛਿਲਣਾ ਪੱਤੇ ਔਰ ਤਾਂ ਵੱਲੋਂ ਹਰ ਰੋਜ਼ ਕੰਗੀਆਂ ਚੋਂ ਕੱਢ ਕੇ ਗੋਲ ਕਰਕੇ ਖਿੜਕੀ ਦੇ ਬਾਹਰ ਸੁੱਟੇ ਵਾਲ ਤੇ ਕਾਗਜ਼ ਦੇ ਟੁਕੜੇ ਸਾਰੀ ਗਲੀ 'ਚ ਇਸ ਤੂਫਾਨ ਕਰਨ ਇੱਧਰ ਉੱਧਰ ਉੱਡ ਰਹੇ ਸਨ ਇੱਕ ਛੋਟਾ ਜਿਹਾ ਆਵਾਰਾ ਕਤੂਰਾ ਪਹਿਲਾਂ ਕਦੇ ਇੱਕ ਚੀਜ਼ ਦੇ ਮਗਰ ਭੱਜਦਾ ਫਿਰ ਦੂਜੀ ਦੇ ਮਗਰ ਤੇ ਆਖਰਕਾਰ ਉਹ ਇੱਕ ਨੀਲੇ ਰੰਗ ਦੇ ਪਲਾਸਟਿਕ ਦੇ ਲਿਫਾਫੇ ਦੇ ਮਗਰ ਖੁਸ਼ੀ-ਖੁਸ਼ੀ ਭੱਜਣ ਲੱਗਾ ਜਿਹੜਾ ਹਵਾ ਕਾਰਨ ਉਹਦੇ ਅੱਗੇ-ਅੱਗੇ ਉੱਡ ਰਿਹਾ ਸੀ ਕਤੂਰਾ ਪਲਾਸਟਿਕ ਦੇ ਲਿਫਾਫੇ ਦੇ ਮਗਰ ਭੱਜ ਰਿਹਾ ਸੀ ਤੇ ਬੱਚੇ ਖੁਸ਼ੀ ਨਾਲ ਚੀਕਦੇ ਹੋਏ ਕਤੂਰੇ ਦੇ ਮਗਰ ਭੱਜ ਰਹੇ ਸਨ ਪੁਰਾਣੇ ਸ਼ਹਿਰ ਦੀਆਂ ਇਮਾਰਤਾਂ ਉਸ ਨੀਲੀ ਬੈਂਗਣੀ ਰੌਸ਼ਨੀ ਚ ਨਾਤੀਆਂ ਹੋਈਆਂ ਸਨ ਤੇ ਕਿਸੇ ਪੁਰਾਣੀ ਫਿਲਮ ਦੇ ਫਿਲਮੀ ਸੈੱਟ ਵਰਗੀਆਂ ਲੱਗਦੀਆਂ ਸਨ ਰਾਮਚੰਦ ਦੇ ਹਜਾਮਤ ਤੋਂ ਬਿਨਾ ਗੰਦੇ ਚਿਹਰੇ ਤੇ ਹਲਕੀ ਜੀ ਮੁਸਕਰਾਹਟ ਆਈ। ਉਹਨੂੰ ਲੱਗਾ ਕਿ ਉਹ ਜਿਵੇਂ ਖੂਬਸੂਰਤ ਸ਼ਕਤੀਸ਼ਾਲੀ ਤੂਫਾਨ ਚ ਫਸ ਗਿਆ ਹੋਵੇ। ਉਹ ਕੁਝ ਦੇਰ ਤੱਕ ਸਾਹਮਣੇ ਖਿੜਕੀ ਦੇ ਕੋਲ ਖੜਾ ਰਿਹਾ। ਫਿਰ ਉਹ ਪਿੱਛੇ ਮੁੜਿਆ। ਹੈਰਾਨੀ ਨਾਲ ਆਪਣੇ ਕਮਰੇ ਵੱਲ ਦੇਖਿਆ। ਕਮਰੇ ਦਾ ਹਾਲ ਬਹੁਤ ਮਾੜਾ ਸੀ। ਸਭ ਕੁਝ ਹੀ ਖਿਲਰਿਆ ਪਿਆ ਸੀ। ਹਰ ਥਾਂ ਤੇ ਧੂੜ ਪਈ ਸੀ। ਰਾਮਚੰਦ ਹੈਰਾਨ ਤੇ ਪਰੇਸ਼ਾਨ ਹੋ ਰਿਹਾ ਸੀ। ਉਹਨੂੰ ਕੀ ਹੋ ਗਿਆ ਸੀ? ਉਹਨੇ ਆਪਣੇ ਆਪ ਨੂੰ ਤੇ ਆਪਣੇ ਕਮਰੇ ਦੀ ਇਸ ਤਰ੍ਹਾਂ ਦੀ ਹਾਲਤ ਕਿਵੇਂ ਹੋਣ ਦਿੱਤੀ? ਇਹ ਠੀਕ ਹੈ ਕਿ ਉਹ ਪਰੇਸ਼ਾਨ ਸੀ ਪਰ ਫਿਰ ਵੀ ਫਿਰ ਜਿਵੇਂ ਕਿ ਨੀਂਦ ਵਿੱਚ ਤੁਰਨ ਵਾਲੇ ਕਰਦੇ ਉਹ ਤੁਰਦਾ ਹੋਇਆ ਦਰਵਾਜ਼ੇ ਤੱਕ ਗਿਆ ਦੇਖ ਕੇ ਹੈਰਾਨ ਰਹਿ ਗਿਆ ਕਿ ਉਹਨੂੰ ਇਹਨੂੰ ਅੰਦਰੋਂ ਤਾਲਾ ਲੱਗਿਆ ਸੀ ਉਹਨੂੰ ਚੇਤਾ ਨਹੀਂ ਸੀ ਆ ਰਿਹਾ ਕਿ ਉਹਨੇ ਤਾਲਾ ਕਦੋਂ ਲਾਇਆ ਸੀ ਉਹਨੇ ਚਾਬੀ ਲੱਭਣ ਦੀ ਕੋਸ਼ਿਸ਼ ਕੀਤੀ ਮੇਜ਼ ਤੇ ਪਈ ਸੀ ਉਹਨੇ ਤਾਲਾ ਖੋਲ੍ਹਿਆ ਦਰਵਾਜ਼ਾ ਖੋਲ੍ਹ ਦਿੱਤਾ ਹਵਾ ਦਰਵਾਜ਼ੇ ਦੇ ਅੰਦਰ ਦਾਖਲ ਹੋਈ ਸਾਰੇ ਕਮਰੇ 'ਚ ਹੀ ਹਲਚਲ ਪੈਦਾ ਕਰਦੀ ਇਸ ਨਾਲ ਫਰਸ਼ ਤੇ ਜਮ੍ਹਾ ਹੋਈ ਧੂੜ ਸਾਰੇ ਕਮਰੇ 'ਚ ਫੈਲ ਗਈ ਕਪੜੇ ਹਿੱਲਣ ਲੱਗੇ ਕਮਰੇ ਦੀ ਬਾਸੀ ਹਵਾ ਵੀ ਖਤਮ ਹੋ ਗਈ। ਮੱਕੜੀ ਕਾਲੀ ਨਾਲ ਫਰਸ਼ ਤੋਂ ਦੀ દોੜ ਕੇ ਇੱਕ ਕੋਨੇ 'ਚ ਚਲੀ ਗਈ। ਰਾਮਚੰਦ ਪਿਛਲੀ ਖਿੜਕੀ ਕੋਲ ਗਿਆ ਇਹਦੀ ਕੁੰਡੀ ਖੋਲੀ ਤੱਕਾ ਮਾਰ ਕੇ ਖਿੜਕੀ ਖੋਲ ਦਿੱਤੀ। ਖੁੱਲਦੇ ਹੋਏ ਨੇ ਆਵਾਜ਼ ਕੀਤੀ ਹੁਣ ਜਦੋਂ ਕਮਰੇ ਦੀਆਂ ਦੋਵੇਂ ਖਿੜਕੀਆਂ ਖੁੱਲ ਗਈਆਂ ਸਨ ਤਾਂ ਤੇਜ਼ ਹਵਾ ਦੇ ਕਾਰਨ ਕਮਰੇ 'ਚ ਹੋਰ ਵੀ ਜ਼ਿਆਦਾ ਹਿਲਜੁਲ ਪੈਦਾ ਹੋ ਗਈ। ਮਕਾਨ ਮਾਲਕ ਦੇ ਵਿਹੜੇ 'ਚ ਸੁਦਾ ਛੱਤ ਤੇ ਬੈਠੀ ਛੱਤ 'ਤੇ ਹੀਠਾਂ ਬੈਠੀ ਗਰਮੀਆਂ ਦੇ ਕੱਪੜੇ ਠੀਕ-ਠਾਕ ਕਰਨ ਚ ਰੁੱਝੀ ਸੀ। ਉਹਦੇ ਹੱਥ 'ਚ ਸੂਈ ਧਾਗਾ ਫੜਿਆ ਸੀ। ਜਿਸ ਕਮੀਜ਼ ਨੂੰ ਠੀਕ ਕਰ ਰਹੀ ਸੀ ਉਹ ਨੂੰ ਨੇ ਮਜ਼ਬੂਤੀ ਨਾਲ ਫੜਿਆ ਹੋਇਆ ਸੀ ਤਾਂ ਕਿ ਹਵਾ 'ਚ ਉੱਡ ਨਾ ਜਾਏ। ਉਹਦੇ ਵਾਲਾਂ ਦੇ ਜੂੜੇ 'ਚ ਨਿਕਲੀਆਂ ਹੋਈਆਂ ਲੇਟਾਂ ਉਹਦੇ ਭਰਵੇਂ ਚਿਹਰੇ ਦੇ ਦੁਆਲੇ ਫੈਲੀਆਂ ਸਨ, ਲਹਿਰਾ ਰਹੀਆਂ ਸਨ। ਹੁਣ ਇਸ ਫੈਤ ਤੇ ਲਾਲ ਕਮ ਸਲਵਾਰ ਕਮੀਜ਼ ਪਾਈ ਸਨ। ਉਹਦੇ ਵਾਲਾਂ ਵਾਂਗ ਹੀ ਉਦੀ ਲਾਲ ਰੰਗ ਦੀ ਚੁੰਨੀ ਵੀ ਲਹਿਰਾ ਰਹੀ ਸੀ ਤੇ ਆਪਣੇ ਪੱਟਾਂ 'ਚ ਪਈ ਨੀਲੀ ਕਮੀਜ਼ ਤੇ ਝੁਕੀ ਬੈਠੀ ਸੀ। ਬੱਚੇ ਵੇੜੇ 'ਚ ਦੌੜਦੇ ਹੋਏ ਪਤੰਗ ਉਡਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਠੰਡੇ ਹਵਾਦਾਰ ਦਿਨ ਨੂੰ ਦੇਖਦੇ ਹੋਏ ਉਹਨਾਂ ਉਹ ਪੁਰਾਣਾ ਪਤੰਗ ਕੱਢ ਲਿਆ ਸੀ ਜਿਹੜਾ ਸਾਰੀਆਂ ਗਰਮੀਆਂ ਦੌਰਾਨ ਸੁੱਧਾ ਦੀ ਅਲਮਾਰੀ ਦੇ ਉੱਪਰ ਪਿਆ ਹੋਇਆ ਸੀ। ਇਹ ਲਾਲ ਰੰਗ ਦਾ ਪਤੰਗ ਸੀ ਜਿਸ ਉੱਤੇ ਨੀਲੇ ਤੇ ਪੀਲੇ ਡਿਜ਼ਾਈਨ ਬਣੇ ਸਨ। ਪਤੰਗ ਮਨੋਜ ਦੇ ਹੱਥ ਵਿੱਚ ਸੀ ਤੇ ਛੋਟੇ ਮੁੰਡੇ ਵਿਸ਼ਨੂੰ ਦੇ ਹੱਥ ਵਿੱਚ ਡੋਰ ਵਾਲਾ ਪਿੰਨਾ ਸੀ। ਉਦੀ ਭੈਣ ਹਲਕਾ ਖੁਸ਼ੀ ਨਾਲ ਨਸ ਨਸ ਰਹੀ ਸੀ ਤੇ ਉਹਦੇ ਹਰੇ ਰੰਗ ਦੀ ਫਰਾਕ ਉਹਦੇ ਪੂਰੇ ਗੋਡਿਆਂ ਤੇ ਚਿਪਕ ਰਹੀ ਸੀ। ਉਹਨਾਂ ਦੇ ਚਿਹਰੇ ਉਤਸ਼ਾਹ ਨਾਲ ਚਮਕ ਰਹੇ ਸਨ ਪਰ ਹੁਣ ਹਵਾ ਬਹੁਤ ਤੇਜ਼ ਹੋ ਗਈ ਸੀ ਤੇ ਉਹਨਾਂ ਨੂੰ ਪਤੰਗ ਉਡਾਉਣ ਦਾ ਖਿਆਲ ਛੱਡਣਾ ਪੈ ਰਿਹਾ ਸੀ। ਇਸ ਲਈ ਉਹ ਪਤੰਗ ਨੂੰ ਫੜ ਕੇ ਵੈਸੀ ਦੌੜੇ ਫਿਰ ਰਹੇ ਸਨ ਤੇ ਨਾਲ ਹੀ ਖੁਸ਼ੀ ਚ ਚੀਕਾਂ ਮਾਰ ਰਹੇ ਸਨ। ਰਾਮਚੰਦ ਨੇ ਮਨੋਜ ਨੂੰ ਆਵਾਜ਼ ਮਾਰੀ। ਮੁੰਡਾ ਦੌੜ ਨੂੰ ਰੁਕ ਗਿਆ ਤੇ ਉਤਸੁਕਤਾ ਨਾਲ ਉੱਪਰ ਦੇਖਣ ਲੱਗਿਆ। ਰਾਮਚੰਦ ਨੇ ਉਹਨੂੰ ਪੁੱਛਿਆ ਅੱਜ ਤਰੀਕ ਕੀ ਹੈ? ਮੁੰਡੇ ਨੇ ਹੈਰਾਨ ਹੋਏ ਨੇ ਦੇਖਿਆ ਫਿਰ ਉਹਨੇ ਆਪਣੇ ਭੈਣ ਭਰਾਵਾਂ ਨਾਲ ਹੌਲੀ ਹੌਲੀ ਵਿਚਾਰ-ਵਟਾਂਦਰਾ ਕੀਤਾ ਰਾਮਚੰਦ ਨੇ ਸੁਣਿਆ ਕਿ ਆਪਸ ਵਿੱਚ ਬਹਿਸ ਕਰ ਰਹੇ ਸਨ ਸ਼ਾਇਦ ਉਹਨਾਂ ਦੀ ਆਪਸ ਵਿੱਚ ਸਹਿਮਤੀ ਨਹੀਂ ਸੀ ਕਿਉਂਕਿ ਅਲਕਾ ਨੇ ਅਚਨ ਚੇਹੀ ਈ ਵਿਸ਼ਨੂ ਦੇ ਪਿੱਠ 'ਤੇ ਧੌਲ ਮਾਰੀ ਤੇ ਵਿਸ਼ਨੂ ਨੇ ਉਹਦੀ ਖੂਨੀ ਦੇ ਉੱਪਰਲੇ ਪਾਸੇ ਚੁੰਡੀ ਵੱਢੀ ਸੀ ਫਿਰ ਰਾਮਚੰਦ ਨੂੰ ਚੇਤੇ ਆਇਆ ਕਿ ਜ਼ਰੂਰੀ ਗਰਮੀਆਂ ਦੀਆਂ ਛੁੱਟੀਆਂ ਦਾ ਅਧਵਿਚਾਰ ਹੋਏਗਾ ਛੁੱਟੀਆਂ ਦੌਰਾਨ ਬੱਚੇ ਦਿਨਾਂ ਦਾ ਧਿਆਨ ਨਹੀਂ ਰੱਖਦੇ ਫਿਰ ਮਨੋਜ ਨੇ ਆਪਣਾ ਹੱਥ ਉੱਪਰ ਚੱਕਿਆ ਰਾਮਚੰਦ ਨੂੰ ਦੇਖਣ ਲਈ ਗਿਆ ਰਾਮਚੰਦ ਨੇ ਸਿਰ ਹਿਲਾਇਆ ਮੁੰਡਾ ਅੰਦਰ ਗਿਆ ਇੱਕ ਜੇਬੀ ਕੈਲੰਡਰ ਚੁੱਕ ਲਿਆ ਉਹਨੇ ਬੜੇ ਧਿਆਨ ਨਾਲ ਉਹਨੂੰ ਵੇਖਣਾ ਸ਼ੁਰੂ ਕੀਤਾ ਤੇ ਪਲ ਪਰ ਲਈ ਬਿਲਕੁਲ ਹੀ ਆਪਣੇ ਬਾਪ ਵਰਗਾ ਦਿਖਾਈ ਦੇਣ ਲੱਗਾ ਤੇ ਫਿਰ ਉਹਨੇ ਰਾਮਚੰਦ ਨੂੰ ਦੱਸਿਆ 27 ਜੁਲਾਈ ਉਹਨੇ ਅੰਗਰੇਜ਼ੀ 'ਚ ਕਿਹਾ ਵੇੜੇ ਦੇ ਪਰਲੇ ਪਾਸੇ ਬੈਠੀ ਉਹਦੀ ਮਾਂ ਉਸ ਵੱਲ ਵੇਖ ਕੇ ਮਾਣ ਨਾਲ ਮੁਸਕराई ਉਹਨੂੰ ਖੁਦ ਨੂੰ ਅੰਗਰੇਜ਼ੀ ਦਾ ਇੱਕ ਸ਼ਬਦ ਵੀ ਨਹੀਂ ਸੀ ਪਤਾ ਪਰ ਅਜੋ ਰਾਮਚੰਦ ਵੱਲ ਦੇਖ ਕੇ ਉਸ ਤਰ੍ਹਾਂ ਨਾ ਮੁਸਕਰਾਈ ਜਿਵੇਂ ਅਕਸਰ ਮੁਸਕਰਾਇਆ ਕਰਦੀ ਸੀ ਸ਼ਾਇਦ ਉਹਨੂੰ ਚੇਤੇ ਸੀ ਕਿ ਕਿਵੇਂ ਕੁਝ ਦਿਨ ਪਹਿਲਾਂ ਬਿਨਾਂ ਕਿਸੇ ੜਕਾਟ ਦੇ ਹੀ ਰਾਮਚੰਦ ਨੇ ਵਿਹੜੇ 'ਚ ਥੁੱਕਿਆ ਸੀ 27 ਜੁਲਾਈ ਰਾਮਚੰਦ ਕਮਜ਼ੋਰੀ ਜਈ ਨਾਲ ਹੈਰਾਨ ਹੋਇਆ ਕੰਧ ਨਾਲ ਲੱਗ ਕੇ ਖੜਾ ਹੋ ਗਿਆ ਉਹਨੂੰ ਸਿਰਫ 14 ਜਾਂ ਨੇੜੇ ਤੇੜੇ ਦੀ ਤਰੀਕ ਹੀ ਚੇਤੇ ਸੀ ਤੇ ਦੁਕਾਨ ਦਹਿਸ਼ਤ ਭਰੇ ਢੰਗ ਨਾਲ ਰਾਮਚੰਦ ਨੂੰ ਆਪਣਾ ਆਖਰੀ ਦਿਨ ਦਾ ਬਤੀਰਾ ਚੇਤੇ ਆਇਆ ਉਨੇ ਹੰਗਾਮਾ ਖੜਾ ਕਰਤਾ ਸੀ ਹਰ ਇੱਕ ਉੱਤੇ ਚੀਕਿਆ ਸੀ ਕਿਸੇ ਨੂੰ ਕੁਰਸੀ ਵਗਾ ਮਾਰੀ ਸੀ ਉਹਨੂੰ ਚੇਤਾ ਨਹੀਂ ਆ ਰਿਹਾ ਸੀ ਕਿਸ ਉੱਤੇ ਪਰ ਉਹਨੂੰ ਇਹ ਚੇਤੇ ਆ ਗਿਆ ਕਿ ਉਹਨੇ ਮਹਾਜਨ ਨੂੰ ਗਲਮੇ ਤੋਂ ਫੜ ਲਿਆ ਸੀ ਤੇ ਉਹਨੂੰ ਗਾਲਾਂ ਵੀ ਕੱਢੀਆਂ ਸੀ ਰਾਮਚੰਦ ਦੇ ਗੋਡੇ ਕੰਬਣ ਲੱਗੇ ਮਹਾਜਨ ਜ਼ਰੂਰ ਹੀ ਬਹੁਤ ਗੁੱਸੇ 'ਚ ਹੋਏਗਾ ਨਹੀਂ ਤਾਂ ਉਹਨੇ ਕਿਸੇ ਨੂੰ ਉਹਦਾ ਪਤਾ ਕਰਨ ਲਈ ਜ਼ਰੂਰ ਭੇਜਣਾ ਸੀ ਉਹਦੀ ਨੌਕਰੀ ਜਾਂਦੀ ਰਹੀ ਤੇ ਅੱਜ 27 ਤਰੀਕ ਸੀ ਮਹੀਨਾ ਖਤਮ ਹੋਣ ਵਾਲਾ ਸੀ ਉਹਨੇ 1 ਅਗਸਤ ਨੂੰ ਅਗਲੇ ਮਹੀਨੇ ਦਾ ਕਿਰਾਇਆ ਵੀ ਦੇਣਾ ਸੀ ਕੋਈ ਵੀ ਉਹਨੂੰ ਮਾਫ਼ ਨਹੀਂ ਕਰੇਗਾ ਇਹ ਸਾਰੇ ਵਿਚਾਰ ਉਹਦੇ ਮਨ 'ਚ ਇਕਦਮ ਹੀ ਖੋਰੂ ਪਾਉਣ ਲੱਗੇ ਉਹਨੇ ਕੀ ਕਰ ਦਿੱਤਾ ਲੋਕ ਸਾਰੇ ਲੋਕ ساری ساری ਜ਼ਿੰਦਗੀ ਚੰਗੀਆਂ ਨੌਕਰੀਆਂ ਲੱਭਣ ਲਈ ਮਰਦੇ ਰਹਿੰਦੇ ਆ ਉਹ ਆਪਣੇ ਟੱਬਰਾਂ ਬਿਸਤਰਿਆਂ ਤੇ ਭਾਂਡਿਆਂ ਨੂੰ ਚੁੱਕੀ ਕੰਮ ਲੱਭਣ ਲਈ ਸ਼ਹਿਰ ਦਰ ਸ਼ਹਿਰ ਭਟਕਦੇ ਰਹਿੰਦੇ ਆ ਉਹ ਮਕਾਨਾਂ ਦੀ ਉਸਾਰੀ ਕਰਦੇ ਹੋਏ ਲੱਕ ਤੋੜਨ ਵਾਲਾ ਕੰਮ ਕਰਦੇ ਆ ਇਮਾਰਤਾਂ ਬਣਨ ਤੋਂ ਬਾਅਦ ਭੁੱਖੇ ਮਰਦੇ ਆ ਉਹ ਫੈਕਟਰੀਆਂ 'ਚ ਕਈ-ਕਈ ਘੰਟੇ ਕੰਮ ਕਰਦੇ ਬੁੱਢੇ ਹੋ ਜਾਂਦੇ ਆ ਤੇ ਫਿਰ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਇਆ ਫਿਰ ਉਦਸਤਕਾਰੀ ਦਾ ਕੰਮ ਕਰਦੇ ਆ। ਕੱਪੜੇ ਬੁਣਨਾ ਜਾਂ ਗਹਿਣਾ ਬਣਾਉਣਾ ਸਿੱਖਦੇ ਆ। 40 ਦੀ ਉਮਰ ਤੱਕ ਪਹੁੰਚਦੇ ਜਾਂ ਨਹੀਂ ਹੋ ਜਾਂਦੇ ਆ। ਤੇ ਇੱਕੋ ਸੀ ਜਿਨੇ ਇੱਕ ਬਹੁਤ ਹੀ ਵਧੀਆ ਨੌਕਰੀ ਗਵਾ ਲਈ ਸੀ। ਉਹਦਾ ਹੁਣ ਗੁਜ਼ਾਰਾ ਕਿਵੇਂ ਹੋਏਗਾ? ਉਹ ਕੀ ਕਰ ਬੈਠਾ? ਉਸੇ ਹੈਰਤ ਭਰੇ ਲਜੇ ਜੇ ਬਾਥਰੂਮ ਗਿਆ, ਕਾਲਗੇਟ ਟੂਥਪੇਸ ਦੀ ਟਿਊਬ ਤੇ ਆਪਣੇ ਬੁਰਸ਼ ਤੋਂ ਧੂੜ ਸਾਫ਼ ਕੀਤੀ। ਫਿਰ ਬਹੁਤ ਸਾਰੀ ਝੱਗ ਬਣਾਉਂਦੇ ਬੜੇ ਧਿਆਨ ਨਾਲ ਆਪਣੇ ਨੰਦ ਸਾਫ਼ ਕੀਤੇ ਫਿਰ ਉਹ ਕੰਨ ਤੇ ਲੱਗੇ ਛੋਟੇ ਜਿਹੇ ਸ਼ੀਸ਼ੇ ਸਾਹਮਣੇ ਜਾ ਖੜਾ ਹੋਇਆ ਇੱਕ ਪਤਲਾ ਜਿਹਾ ਖਾਲੀ ਚਿਹਰਾ ਜਿਸ ਤੇ ਦਾੜ੍ਹੀ ਉਗਣੀ ਸ਼ੁਰੂ ਹੋ ਗਈ ਸੀ ਸ਼ੀਸ਼ੇ 'ਚ ਦਿਖਾਈ ਦਿੱਤਾ ਉਹਨੇ ਆਪਣੇ ਹਜਾਮਤ ਕਰਨ ਵਾਲੇ ਬੁਰਸ਼ ਨਾਲ ਇਹਨਾਂ ਅਜੀਬ ਤੇ ਨਵੇਂ ਉੱਗਾਏ ਵਾਲਾਂ ਦੇ ਤੇ ਸਾਬਣ ਮਲਿਆ ਤੇ ਬੜੇ ਧਿਆਨ ਨਾਲ ਹਜਾਮਤ ਕੀਤੀ ਅਜਿਹਾ ਕਰਦੇ ਹੋਏ ਉਹਨੇ ਮੁੱਛਾਂ ਕਾਇਮ ਰਹਿਣ ਦਿੱਤੀਆਂ ਮੁੱਛਾਂ ਦਾ ਆਕਾਰ ਤਾਂ ਕੋਈ ਬਦਲ ਗਿਆ ਲੱਗਦਾ ਸੀ ਫਿਰ ਵੀ ਇਹ ਠੀਕ ਸਨ ਉਨੇ ਤੋਂ ਥੋਤੇ ਹੋਏ ਕਪੜੇ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨੂੰ ਥੋਤੇ ਕਪੜੇ ਨਾ ਲੱਭੇ ਤਾਂ ਉਹਨੇ ਆਪਣਾ ਲੋਹੇ ਦਾ ਟਰੰਕ ਖੋਲ੍ਹਿਆ ਇਹਨੂੰ ਫੋਲ ਕੇਸ ਚੋਂ ਪੁਰਾਣੀ ਭੂਰੇ ਰੰਗ ਦੀ ਕਮੀਜ਼ ਤੇ ਸਾਫ ਚਿੱਟੇ ਰਗਦਾ ਪਜਾਮਾ ਕੱਢ ਲਿਆ ਉਹਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਮਲਦੇ ਹੋਏ ਆਪਣੀਆਂ ਅੱਡੀਆਂ ਨੂੰ ਝਾਵੇਂ ਨਾਲ ਰਗੜਦੇ ਹੋਏ ਆਪਣੇ ਪੈਰਾਂ ਦੇ ਨਹਾਂ ਨੂੰ ਪੁਰਾਣੇ ਦੰਦਾ ਦੇ ਬੁਰਸ਼ ਨਾਲ ਸਾਫ ਕਰਦੇ ਹੋਏ ਤੇ ਆਪਣੀਆਂ ਕੱਚਾਂ 'ਚ ਸਾਬਣ ਨੂੰ ਬਾਰ-ਬਾਰ ਰਗੜਦੇ ਹੋਏ ਇਸ਼ਨਾਨ ਕੀਤਾ ਫਿਰ ਉਹਨੇ ਤੌਲੀਏ ਨਾਲ ਆਪਣੇ ਆਪ ਨੂੰ ਸੁਕਾਇਆ ਨਵੇਂ ਕੱਪੜੇ ਪਾਏ ਆਦਤ ਮੁਤਾਬਕ ਆਪਣੇ ਗਿੱਲੇ ਹੋ ਚੁੱਕੇ ਧਾਰੀਦਾਰ ਤੌਲੀਏ ਨੂੰ ਕੁਰਸੀ ਦੀ ਢੋਤੇ ਸੁੱਟਣ ਲੱਗਾ ਸੀ ਉਹਨੇ ਦੇਖਿਆ ਕੁਰਸੀ ਤੇ ਧੂੜ ਜਮ ਫੈਲੀ ਹੋਈ ਸੀ ਉਹਨੇ ਸਫਾਈ ਕਰਨ ਵਾਲਾ ਕੱਪੜਾ ਚੁੱਕਿਆ ਇਹਨੂੰ ਬਾਥਰੂਮ ਦੀ ਟੂਟੀ ਚੋਂ ਗਿੱਲਾ ਕੀਤਾ ਫਿਰ ਉਹਨੇ ਬਹੁਤ ਧਿਆਨ ਨਾਲ ਕੁਰਸੀ ਦੀ ਢੋਹ ਸਾਫ਼ ਕੀਤੀ ਤੌਲੀਆ ਉੱਤੇ ਸੁਕਣਾ ਪਾ ਦਿੱਤਾ ਉਹਨੇ ਆਪਣੀ ਘੜੀ ਲੱਬਣ ਦੀ ਕੋਸ਼ਿਸ਼ ਕੀਤੀ ਇਹ ਮੇਜ਼ ਤੇ ਪਈ ਸੀ ਤੇ ਇਸ ਤੇ ਸਵੇਰ ਦੇ 10 ਵਜ ਰਏ ਸਨ ਹੁਣ ਇੱਕ ਪਲ ਵੀ ਨਹੀਂ ਸੀ ਗੁਆਇਆ ਜਾ ਸਕਦਾ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਸੀ ਉਹ ਵਾਪਸ ਆ ਕੇ ਕਮਰਾ ਸਾਫ ਕਰ ਲਏਗਾ। ਰਾਮਚੰਦ ਨੇ ਆਪਣੇ ਤਾਜ਼ਾ ਧੋਤੇ ਹੋਏ ਵਾਲਾਂ ਤੇ ਪੈਰਾਸ਼ੂਟ ਦਾ ਥੋੜਾ ਜਿਹਾ ਨਾਰੀਅਲ ਦਾ ਤੇਲ ਲਾਇਆ। ਚੰਗੀ ਤਰ੍ਹਾਂ ਵਹਾਇਆ। ਇਹਨਾਂ ਚੋਂ ਚੀਰ ਕੱਢਿਆ ਫਿਰ ਦੁਕਾਨਵਾਲ ਨੂੰ ਚੱਲ ਪਿਆ। ਉਹਦੇ ਤੇਲ ਵਾਲੇ ਵਾਲਾਂ 'ਚ ਦੀ ਹਵਾ ਹਲਕੇ-ਹਲਕੇ ਆਪਣੀਆਂ ਉਂਗਲਾਂ ਫੇਰ ਰਹੀ ਸੀ। ਉਹ ਜਾਣੀਆਂ ਪਛਾਣੀਆਂ ਗਲੀਆਂ ਵਿੱਚ ਦੀ ਲੰਘਦਾ ਜਾ ਰਿਹਾ ਸੀ। ਅਕਿਰਤਕਨ ਮੈਂ ਬਸ ਇੰਨਾ ਹੀ ਕਹਾਂਗਾ। ਇੰਨੇ ਸਾਲਾਂ ਬਾਅਦ ਬਸ ਅਕਿਰਤਕਨ ਮਹਾਜਨ ਦੀਆਂ ਮੁੱਛਾਂ ਨਫ਼ਰਤ ਪਰ ਗੁੱਸੇ ਨਾਲ ਕੰਬ ਰਹੀਆਂ ਸਨ। ਰਾਮਚੰਦੋ ਦੇ ਸਾਹਮਣੇ ਹੱਥ ਜੋੜ ਕੇ ਦੀਨਤਾ ਨਾਲ ਖੜਾ ਸੀ। ਪਹਿਲਾਂ ਤਾਂ ਮਹਾਜਨ ਨੇ ਉਹਦੀ ਗੱਲ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ। ਫਿਰ ਉਹ 20 ਮਿੰਟ ਤੱਕ ਬੋਲਦਾ ਰਿਹਾ ਸੀ। ਉਹ ਰਾਮਚੰਦ ਉਤੇ ਚੀਕਿਆ ਚਲਾਇਆ। ਰਾਮਚੰਦ ਸਿਰ ਨੀਵਾ ਕਰਕੇ ਬਿਨਾਂ ਕੋਈ ਸ਼ਬਦ ਬੋਲੇ ਆਏ ਸੋਚਦਾ ਹੋਇਆ ਖੜਾ ਰਿਹਾ ਸੀ ਕਿ ਸੱਚਮੁੱਚੀ ਸ਼ਰਮਿੰਦਾ ਦਿਖਾਈ ਦਿੰਦਾ ਹੋਏਗਾ। ਕੁਝ देर ਗੁੱਸੇ ਨਾਲ ਬੋਲਣ ਤੋਂ ਬਾਅਦ ਮਹਾਜਨ ਥੋੜਾ ਜਿਹਾ ਸ਼ਾਂਤ ਹੋ ਗਿਆ। ਉਹਨਾਂ ਉਹਨਾਂ ਦੀ ਉਹਨਾਂ ਹੀ ਗੱਲਾਂ ਨੂੰ ਮੁੜ ਦੁਹਰਾ ਰਿਹਾ ਸੀ ਜਿਹੜੀਆਂ ਉਹਨੇ ਪਹਿਲਾਂ ਕਹੀਆਂ ਸੀ। ਰਾਮਚੰਦ ਲਗਾਤਾਰ ਆਗਿਆਕਾਰੀ ਦਿਖਾਈ ਦੇ ਰਿਹਾ ਸੀ। ਬਾਰ ਬਰਸਾਤ ਹੋ ਰਹੀ ਸੀ ਜਿਹੜੀ ਕਿ ਮੌਨਸੂਨ ਦੀ ਪਹਿਲੀ ਅਸਲ ਬਾਰਿਸ਼ ਸੀ। ਜ਼ੋਰਦਾਰ ਮੀਂਹ ਪੈ ਰਿਹਾ ਸੀ। ਕਾਲੀਆਂ ਛਤਰੀਆਂ ਨਾਲ ਗਲੀ ਭਰੀ ਪਈ ਸੀ। ਭਾਵੇਂ ਗਲੀ 'ਚ ਪਾਣੀ ਭਰਿਆ ਹੋਇਆ ਸੀ, ਨਾਲੀਆਂ ਉੱਪਰੋਂ ਦੀ ਵਹਿ ਰਹੀਆਂ ਸਨ ਤੇ ਸੜਕ ਦੇ ਹਰ ਟੋਏ 'ਚ ਪਾਣੀ ਖੜਾ ਸੀ। ਫਿਰ ਵੀ ਲੋਕ ਖੁਸ਼ ਨਜ਼ਰ ਆ ਰਹੇ ਸਨ। ਬੇਰਹਿਮ ਗਰਮੀ ਤੋਂ ਮਿਲੀ ਰਾਹਤ। ਹਰ ਇੱਕ ਦੇ ਚਿਹਰੇ ਤੇ ਦਿਖਾਈ ਦਿੰਦੀ ਸੀ ਬਹੁਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਬੈਠੇ ਚਾਹਾਂ ਪੀ ਰਹੇ ਸਨ ਰਾਮਚੰਦ ਜਾਣਦਾ ਸੀ ਕਿ ਹੁਣ ਤੱਕ ਮਨੋਜ ਵਿਸ਼ਨੂੰ ਤੇ ਅਲਕਾ ਨੇ ਆਪਣੇ ਵੇੜੇ 'ਚ ਖੜੇ ਪਾਣੀ 'ਚ ਕਾਗਜ਼ ਦੀਆਂ ਕਿਸ਼ਤੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹੋਣਗੀਆਂ ਹਰ ਵਾਰ بارش ਹੋਣ ਤੇ ਵੈਸੇ ਤਰ੍ਹਾਂ ਹੀ ਕਰਿਆ ਕਰਦੇ ਸਨ ਮਹਾਜਨ ਭਾਸ਼ਣ ਕਰਦਾ ਰਿਹਾ ਡਾਂਟਦਾ ਰਿਹਾ ਆਖਰਕਾਰ ਮਹਾਜਨ ਨੇ ਉੱਪਰ ਦੇਖਿਆ ਤੇ ਆਪਣੇ ਚਿਹਰੇ 'ਤੇ ਸਖਤੀ ਲਿਆਉਂਦੇ ਹੋਏ ਚੁਲਾਕੀ ਨਾਲ ਪੁੱਛਿਆ ਰਾਮਚੰਦ ਇਮਾਨਦਾਰੀ ਨਾਲ ਦੱਸ ਤੂੰ ਉਸ ਦਿਨ ਸ਼ਰਾਬ ਪੀਤੀ ਹੋਈ ਸੀ? ਰਾਮਚੰਦ ਨੇ ਹੈਰਾਨੀ ਨਾਲ ਉੱਪਰ ਦੇਖਿਆ। ਮਹਾਜਨੂ ਦੇ ਚਿਹਰੇ ਤੇ ਆਏ ਭਾਵ ਨੂੰ ਗਲਤ ਸਮਝ ਗਿਆ। ਤਾਂ ਫਿਰ ਇਹੀ ਗੱਲ ਸੀ ਹੈਨਾ? ਤੂੰ ਸਮਝਦਾ ਸੀ ਤੇ ਮੈਨੂੰ ਪਤਾ ਨਹੀਂ ਲੱਗਣਾ। ਰਾਮਚੰਦ ਨੇ ਇਸ ਬਾਰੇ ਸੋਚਿਆ ਉਹਨੇ ਜ਼ਿੰਦਗੀ 'ਚ ਕਦੇ ਵੀ ਸ਼ਰਾਬ ਨਹੀਂ ਸੀ ਚੱਕੀ। ਪਰ ਜੇ ਉਹਨੇ ਕਿਹਾ ਕਿ ਉਹਨੇ ਉਸ ਦਿਨ ਸ਼ਰਾਬ ਨਹੀਂ ਸੀ ਪੀਤੀ ਤਾਂ ਉਹ ਆਪਣੇ ਵਤੀਰੇ ਦਾ ਕੀ ਸਪਸ਼ਟੀਕਰਨ ਦੇਗਾ? ਤੇ ਜੇ ਮਹਾਜਨ ਇਹ ਸੋਚਦਾ ਹੋਵੇ ਕਿ ਰਾਮਚੰਦ ਨੇ ਸ਼ਰਾਬ ਦੇ ਨਸ਼ੇ 'ਚੋਂ ਦਾ ਗਲਮਾ ਫੜ ਲਿਆ ਸੀ। ਤਾਂ ਕਿ ਉਹਨੂੰ ਘੱਟ ਗੁੱਸਾ ਨਹੀਂ ਆਏਗਾ ਆਪਣੇ ਤੇ ਭਾਰੂ ਹੋ ਗਏ ਗੁੱਸੇ ਦਾ ਸਪਸ਼ਟੀਕਰਨ ਹੋਰ ਕਿਵੇਂ ਦੇ ਸਕਦਾ ਸੀ ਇਸ ਲਈ ਰਾਮਚੰਦ ਨੇ ਇਨਕਾਰ ਨਾ ਕੀਤਾ ਉਹਨੇ ਆਪਣਾ ਸਿਰ ਝੁਕਾ ਲਿਆ ਫਿਰ ਉਹੀ ਗੱਲ ਮਹਾਜਨ ਹੁਣ ਸੰਤੁਸ਼ਟ ਦਿਖਾਈ ਦੇ ਰਿਹਾ ਸੀ ਰਾਮਚੰਦ ਨੇ ਮਹਿਸੂਸ ਕੀਤਾ ਕਿ ਹੁਣ ਬੋਲਣਾ ਠੀਕ ਰਹੇਗਾ ਬਾਉ ਜੀ ਮੈਨੂੰ ਮਾਫ ਕਰ ਦਿਓ ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਇੱਥੇ ਰਾਮਚੰਦ ਬਿਲਕੁਲ ਸਹੀ ਥਾਂ ਤੇ ਸਹੀ ਤਰੀਕੇ ਨਾਲ ਰੁਕਿਆ ਮਹਾਜਨ ਨੇ ਆਪਣਾ ਹੱਥ ਉਹਦੇ ਮੁੱਢੇ ਤੇ ਰੱਖਿਆ ਤੇ ਕਿਹਾ ਖੈਰ ਤੂੰ ਪਹਿਲੀ ਵਾਰ ਬਤਮੀਜ਼ੀ ਕੀਤੀ ਹੈ ਤੇ ਮੈਂ ਆਸ ਰੱਖਦਾਂ ਕਿ ਆਖਰੀ ਹੋਏਗੀ। ਜਵਾਨੀ 'ਚ ਅਸੀਂ ਸਾਰੀ ਗਲਤੀਆਂ ਕਰਦੇ ਆਂ। ਤੂੰ ਚਾਹੇ ਤਾਂ ਹੁਣ ਇਹ ਕੰਮ ਸ਼ੁਰੂ ਕਰ ਸਕਦਾ ਹੈ। ਰਾਮਚੰਦ ਵਹਾਜਨ ਦੇ ਪੈਰਾਂ ਤੇ ਡਿੱਗ ਪਿਆ। ਇਸ ਦ੍ਰਿਸ਼ ਨੂੰ ਦੇਖ ਰਏ ਸਾਰੇ ਲੋਕ ਬੜੇ ਸੰਤੁਸ਼ਟ ਵਿਖਾਈ ਦਿੱਤੇ। ਗੋਕੁਲ ਨੇ ਤਾਂ ਆਪਣੀ ਅੱਖ 'ਚੋਂ ਹੰਝੂ ਵੀ ਪੂੰਝਿਆ। ਰਾਮਚੰਦ ਵਾਪਸ ਆ ਗਿਆ ਸੀ। ਗਾਹਕਾਣੇ ਸ਼ੁਰੂ ਹੋ ਗਏ ਸਨ। ਸਭ ਨੂੰ ਆਪੋ ਆਪਣਾ ਕੰਮ ਸਭ ਨੂੰ ਆਪੋ ਆਪਣੇ ਕੰਮ ਲੱਗਣਾ ਪੈਣਾ ਸੀ। ਰਾਮਚੰਦ ਆਪਣੀ ਥਾਂ ਤੇ ਗਿਆ ਬੈਠ ਗਿਆ। ਉਹਦੀਆਂ ਲੱਤਾਂ ਕੰਬ ਰਹੀਆਂ ਸਨ। ਛੇਤੀ ਦੁਕਾਨ ਚ ਆਮ ਵਰਗੀ ਚਹਿਲ ਪਹਿਲ ਹੋ ਗਈ। ਅਗਲੇ 2 ਘੰਟਿਆਂ ਦੌਰਾਨ ਰਾਮਚੰਦ ਨੇ ਤਿੰਨ ਗਾਕਾਂ ਨੂੰ ਦੋ ਸਾੜੀਆਂ ਵੇਚੀਆਂ। ਫਿਰ ਦੁਪਹਿਰ ਦਾ ਖਾਣਾ ਖਾਣ ਲਈ ਬਾਹਰ ਗਿਆ ਤੇ ਇੱਕ ਰੇੜੀ ਤੋਂ ਦੋ ਪੂੜੀਆਂ ਖਾਧੀਆਂ। ਪਹਿਲਾਂ ਪਹਿਲ ਤਾਂ ਬਾਕੀ ਦੇ ਕਰੰਦੇ ਉਸ ਪ੍ਰਤੀ ਅਜੀਬ ਜਿਹਾ ਮਹਿਸੂਸ ਕਰ ਰਹੇ ਸੀ ਪਰ ਸ਼ਾਮ ਨੂੰ ਰਾਮਚੰਦ ਨੇ ਸਾਰਿਆਂ ਲਈ ਸਮੋਸੇ ਲਿਆਂਦੇ ਮਹਾਜਨ ਨੂੰ ਵੀ ਪਲੇਟ 'ਚ ਰੱਖ ਕੇ ਦੋ ਸਮੋਸੇ ਦਿੱਤੇ ਜਿਹੜੇ ਉਹਨੇ ਮੁਸਕਰਾਉਂਦੇ ਹੋਏ ਲੈ ਲਏ ਉਸ ਤੋਂ ਬਾਅਦ ਸਭ ਕੁਝ ਆਮ ਵਰਗਾ ਹੋ ਗਿਆ ਕਿਸੇ ਨੇ ਵੀ ਉਸ ਦਿਨ ਦਾ ਜ਼ਿਕਰ ਤੱਕ ਨਾ ਕੀਤਾ ਜਿਸ ਦਿਨ ਰਾਮਚੰਦ ਦੁਕਾਨ 'ਚ ਆਇਆ ਸੀ ਤੇ ਸਾਰਿਆਂ ਤੇ ਹਮਲਾ ਕਰ ਦਿੱਤਾ ਸੀ ਜਿਵੇਂ ਕਿ ਮਹਾਜਨ ਨੇ ਕਿਹਾ ਸੀ ਜਵਾਨੀ 'ਚ ਸਾਰੇ ਜਣੇ ਗਲਤੀਆਂ ਕਰਦੇ ਆ ਸ਼ਾਮ ਨੂੰ ਹਰੀ ਨੇ ਸਲਾਹ ਦਿੱਤੀ ਕਿ ਉਹ ਲਖਣ ਦੇ ਟਾਬੇ ਤੇ ਜਾਣ ਚੰਦਰ ਪਹਿਲਾਂ ਹੀ ਜਾ ਚੁੱਕਾ ਸੀ ਤੇ ਹਰੀ ਤੇ ਰਾਜੇਸ਼ ਨੇ ਇਕੱਠੇ ਹੀ ਰਾਜੇਸ਼ ਦੇ ਘਰ ਖਾਣਾ ਖਾਣਾ ਸੀ ਗੋਕুল ਨੇ ਖੁਸ਼ੀ ਭਰੀ ਮੁਸਕਰਾਟ ਆਪਣੇ ਚਿਹਰੇ ਤੇ ਲਿਆਉਂਦੇ ਹੋਏ ਰਾਮਚੰਦ ਨੂੰ ਪੁੱਛਿਆ ਇਹ ਰਾਮਚੰਦ ਤੂੰ ਸਾਡੇ ਨਾਲ ਚਲੇਗਾ ਠੀਕ ਰਾਮਚੰਦ ਗੋਕুল ਵੱਲ ਵੇਖ ਕੇ ਮੁਸਕਰਾਇਆ ਤੇ ਹਾਂਂਟ ਸਿਰ ਹਿਲਾਇਆ ਹਰੀ ਛਾਲ ਮਾਰ ਕੇ ਉੱਠਿਆ ਤੇ ਕਹਿਣ ਲੱਗਾ ਚਲੋ ਛੇਤੀ ਚਲੀਏ ਮੈਨੂੰ ਭੁੱਖ ਲੱਗੀ ਹੋਈ ਹੈ ਤਿੰਨੋਂ ਜਣੇ ਲਖਣ ਦੇ ਟਾਬੇ ਤੇ ਗਏ ਹਰੀ ਰਾਮਚੰਦ ਦੀ ਲਾਗਲੀ ਕੁਰਸੀ ਤੇ ਬੈਠ ਗਿਆ ਜਦੋਂ ਲਖਣ ਉਹਨਾਂ ਦਾ ਆਰਡਰ ਲੈਣ ਆਇਆ ਤਾਂ ਰਾਮਚੰਦ ਨੇ ਉਸ ਨਾਲ ਅੱਖਾਂ ਨਾਮ ਲਾਈਆਂ ਉਹਨਾਂ ਸਬਜ਼ੀ ਤੇ ਤੰਦੂਰੀ ਰੋਟੀਆਂ ਖਾਧੀਆਂ ਫਿਰ ਚਾਹ ਲਿਆਉਣ ਲਈ ਕਿਹਾ ਜਦੋਂ ਰਾਮਚੰਦ ਨੇ ਆਪਣੇ ਹੱਥਾਂ 'ਚ ਨਿੱਘੇ ਗਲਾਸ ਨੂੰ ਮਹਿਸੂਸ ਕੀਤਾ ਤਾਂ ਉਹਨੂੰ ਆਪਣੀਆਂ ਅੱਖਾਂ 'ਚ ਹੰਝੂ ਰੋਕਣੇ ਮੁਸ਼ਕਲ ਹੋ ਗਏ ਗੋਕুল ਤੇ ਹਰੀਕ ਦੂਜੇ ਨਾਲ ਮਸ਼ਕਰੀਆਂ ਕਰ ਰਹੇ ਸਨ ਤੇ ਰਾਮਚੰਦ ਦੋਵਾਂ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ ਹਾਲਾਂਕਿ ਗੱਲਬਾਤ 'ਚ ਬਹੁਤਾ ਹਿੱਸਾ ਨਹੀਂ ਸੀ ਲੈ ਰਿਹਾ ਖਾਣਾ ਖਾਣ ਤੋਂ ਬਾਅਦ ਹਰੀ ਨੇ ਗੋਕুল ਹਰੀ ਤੇ ਗੋਕুল ਨੇ ਇੱਕ ਦੂਜੇ ਨੂੰ ਅਲਵਿਦਾ ਕਹੀ ਹਰੀ ਨੇ ਰਾਮਚੰਦ ਨੂੰ ਅੱਖ ਮਾਰੀ ਤੇ ਗੋਕਲ ਨੇ ਉਹਦਾ ਮੋਢਾ ਥਾਪੜਿਆ ਫਿਰ ਦੋਵੇਂ ਆਪੋ ਆਪਣੇ ਰਾਹ ਚਲੇ ਗਏ ਰਾਮਚੰਦ ਆਪਣੇ ਜਾਣੇ ਪਛਾਣੇ ਰਸਤੇ ਤੋਂ ਤੁਰਦਾ ਹੋਇਆ ਆਪਣੇ ਕਮਰੇ ਚਲਾ ਗਿਆ ਹਨੇਰੀਆਂ ਪੌੜੀਆਂ ਚੜ੍ਹਿਆ ਦਰਵਾਜ਼ੇ ਦਾ ਤਾਲਾ ਖੋਲ੍ਹਿਆ ਉਹਨੇ ਦਰਵਾਜ਼ਾ ਧੱਕ ਕੇ ਖੋਲ੍ਹਿਆ ਧੂੜ ਭਰੇ ਕਮਰੇ ਨੂੰ ਦੇਖਿਆ ਉਹਨੇ ਕਮਰਾ ਸਾਫ਼ ਕਰਨ ਵਾਲਾ ਕੱਪੜਾ ਲੱਭਿਆ ਸਫਾਈ ਕਰਨ ਲੱਗਾ ਬਾਰੀ ਬਾਰੀ ਹਰ ਥਾਂ ਨੂੰ ਸਾਫ਼ ਕਰਦਾ ਗਿਆ ਸਿਰਫ਼ ਉਹ ਸ਼ੈਲਫੀ ਸਾਫ਼ ਨਾ ਕੀਤੀ ਜਿਸਤੇ ਕਿਤਾਬਾਂ ਪਈਆਂ ਸਨ ਉਹਨੇ ਜਾਣ ਬੁੱਝ ਕੇ ਇਹਨੂੰ ਨਜ਼ਰ ਅੰਦਾਜ਼ ਕੀਤਾ ਇੱਕ ਘੰਟੇ ਬਾਅਦ ਇਹ ਕਮਰਾ ਪੂਰਾ ਸਾਫ਼ ਹੋ ਗਿਆ ਸੀ ਤੇ ਰਾਮਚੰਦ ਆਪਣੇ ਮੰਜੇ ਤੇ ਪਿਆ ਛੱਤ 'ਚ ਬਣ ਗਏ ਸਿੱਲੇ ਨਿਸ਼ਾਨ ਵੱਲ ਖਾਲੀ-ਖਾਲੀ ਚਾਹ ਕਰ ਰਿਹਾ ਸੀ ਧੰਨਵਾਦ ਸਮਾਪਤ